ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲਾਮ ਅਲੈਕੁਮ ਵਿਵਰਸ, ਤੁਸੀਂ ਦੇਖ ਰਹੇ ਹੋ ਕਾਵਿਸ਼ ਟੀਵੀ। ਅਤੇ ਅੱਜ ਆਪਣੇ ਦੋਸਤ ਨਾਲ ਜਿਹੜੀ ਮੈਂ ਵੀਡੀਓ ਲੈ ਕੇ ਆਇਆ, ਬੜੀ ਕਾਮੇਡੀ ਅਤੇ ਬਹੁਤ ਹੀ ਸ਼ੇਰੋ ਸ਼ਾਇਰੀ ਜਿਹੜੀ ਹੈ ਨਾ, ਕਾਮੇਡੀ ਹੈ ਅਤੇ ਬਹੁਤ ਅੱਛਾ ਪ੍ਰੋਗਰਾਮ ਹੈ। ਪ੍ਰੋਗਰਾਮ ਪੰਜਾਬੀ ਟੈਲੀਵਿਜ਼ਨ ਦਾ ਮਦਾ ਪਾਣੀ ਵਿੱਚ ਮਦਾਣੀ, ਉਸ ਚੈਨਲ ਦੀ ਵੀਡੀਓ ਹੈ ਅਤੇ ਮੈਨੂੰ ਮਿਲੀ ਫੇਸਬੁੱਕ ਤੋਂ, ਠੀਕ ਹੈ ਜੀ। ਉਹਦੀ ਯੂਟਿਊਬ ਤੋਂ ਮੈਨੂੰ ਉਹਦੀ ਲਿੰਕ ਨਹੀਂ ਮਿਲ ਸਕੀ, ਇਸ ਲਈ ਮੈਂ ਮਾਫ਼ ਚਾਹੁੰਦਾ ਕਿ ਮੈਂ ਉਹਦੀ ਓਰਿਜਨਲ ਲਿੰਕ ਡਿਸਕ੍ਰਿਪਸ਼ਨ 'ਚ ਨਹੀਂ ਦੇ ਸਕਦਾ, ਠੀਕ ਹੈ ਜੀ। ਅਤੇ ਦੋਸਤਾਂ ਨੂੰ ਵੀਡੀਓ ਦਿਖਾਉਂਦੇ ਹਾਂ, ਮੈਂ ਕਿਹਾ ਦੋਸਤ ਮੇਰੇ ਜ਼ਰਾ ਥੋੜ੍ਹੇ ਜਿਹੇ ਹੱਸ ਲੈਣ, ਥੋੜ੍ਹੇ ਜਿਹੇ ਮੁਸਕਰਾ ਲੈਣ, ਠੀਕ ਹੈ ਜੀ। ਅਤੇ ਚਲੋ ਦੋਸਤੋ, ਤੁਹਾਨੂੰ ਪਾਣੀ ਵਿੱਚ ਮਧਾਣੀ ਪ੍ਰੋਗਰਾਮ ਦੀ ਨਾ ਪ੍ਰੋਗਰਾਮ ਥੋੜ੍ਹਾ ਜਿਹਾ ਤੁਹਾਨੂੰ ਉਹਨਾਂ ਦਾ ਕਾਮੇਡੀ ਸ਼ੇਰੋ ਸ਼ਾਇਰੀ ਜਿਹੜੀ ਹੈ ਨਾ ਤੁਹਾਨੂੰ ਪੰਜਾਬੀ ਉਹ ਆਪਣੇ ਦਿਖਾਉਂਦੇ ਹਾਂ ਅਤੇ ਸੁਣਾਉਂਦੇ ਹਾਂ। ਚਲੋ ਜ਼ਰਾ ਸੁਣਦੇ ਹਾਂ, ਠੀਕ ਹੈ ਜੀ। ਅਤੇ ਅਸੀਂ ਵੀ ਆਪਣਾ ਰਿਐਕਸ਼ਨ ਤੁਹਾਨੂੰ ਦਿੰਦੇ ਹਾਂ, ਠੀਕ ਹੈ ਜੀ। ਅਤੇ ਆਪਣੇ ਉਮੀਦ ਕਰਦੇ ਹਾਂ ਕਿ ਆਪਣੇ ਪਾਣੀ ਵਿੱਚ ਮਧਾਣੀ ਚੈਨਲ ਵਾਲੇ ਜਾਂ ਉਹ ਟੀਵੀ ਟੈਲੀਵਿਜ਼ਨ ਵਾਲੇ, ਪੰਜਾਬੀ ਟੈਲੀਵਿਜ਼ਨ ਵਾਲੇ, ਉਹ ਸਾਨੂੰ ਕਾਪੀਰਾਈਟ ਨਾ ਦੇਣ, ਉਹਨਾਂ ਦੀ ਮਿਹਰਬਾਨੀ ਹੋਏਗੀ ਜ਼ਰਾ, ਠੀਕ ਹੈ ਜੀ। ਬਾਕੀ ਅੱਲਾਹ ਦੇ ਹਵਾਲੇ, ਠੀਕ ਹੈ ਜੀ। ਅਤੇ ਚਲੋ ਵੀਡੀਓ ਸ਼ੁਰੂ ਕਰਨਾ। ਕੁੜੀ ਸੀ ਮੁਹੱਲੇ ਦੀ, ਉਹ ਪੁੱਜ ਕੇ ਹਸੀਨ ਸੀ, ਫਸ ਜਾਏਗੀ ਮੈਨੂੰ ਉੱਤੇ ਬਹੁਤ ਹੀ ਯਕੀਨ। ਕੁੜੀ ਸੀ ਮੁਹੱਲੇ ਦੀ, ਉਹ ਪੁੱਜ ਕੇ ਹਸੀਨ ਸੀ, ਫਸ ਜਾਏਗੀ ਮੈਨੂੰ ਉੱਤੇ ਬਹੁਤ ਹੀ ਯਕੀਨ ਸੀ। ਬੜੇ ਦਿਨ ਲਾਉਣੇ ਪੈ ਗਏ ਪੱਟੂ ਉੱਤੇ ਪਾਉਣ ਲਈ, ਚਾਰਾ ਕੋਈ ਚੱਲਿਆ ਨਾ ਉਸ ਨੂੰ ਬੁਲਾਉਣ ਲਈ। ਕੰਨਾਂ ਵਿੱਚ ਗੂੰਜੇ ਛਨਕਾਰਾ ਉਹਦੀ ਪਾਇਲ ਦਾ, ਨੰਬਰ ਮੈਨੂੰ ਲੱਭਿਆ ਨਾ ਉਸ ਦੇ ਮੋਬਾਈਲ ਦਾ। ਮਲੰਗੀ ਸਾਹਿਬ ਕੀ ਹੋਇਆ ਕਿ ਤਿਆਰੀ ਸ਼ਿਆਰੀ ਹੋ ਰਹੀ ਸੀ ਹਰ ਪਾਸੇ ਈਦ ਦੀ, ਵੇਖਿਆ ਮੈਂ ਉਹ ਪਈ ਸੀ ਕੱਪੜੇ ਖਰੀਦ, ਜਾ ਕੇ ਦੁਕਾਨ ਵਿੱਚ ਕੋਲ ਉਹਦੇ ਬਹਿ ਗਿਆ, ਮਾਇੰਡ ਕੀਤਾ ਉਸਨੇ ਨਾ ਝਾਕਾ ਮੇਰਾ ਲੈ ਗਿਆ। ਕਹਿਣ ਲੱਗੀ ਮੈਨੂੰ ਤਾਂ ਖਰੀਦਣੇ ਦਾ ਵੱਲ ਨੀ, ਨਾਲ ਸ਼ਾਪ ਕੀਪਰਾਂ ਦੇ ਹੁੰਦੀ ਮੇਰੇ ਤੋਂ ਗੱਲ ਨਹੀਂ। ਸਮਝ ਗਿਆ ਹੱਟੀ ਵਾਲਾ ਬੜਾ ਹੀ ਚਲਾਕ, ਸਮਝ ਗਿਆ ਹੱਟੀ ਵਾਲਾ ਬੜਾ ਹੀ ਚਲਾਕ ਸੀ, ਮੰਗਾ ਲਈਆਂ ਬੋਤਲਾਂ ਦੋ ਜਿਵੇਂ ਮੇਰਾ ਸਾਗ ਸੀ। ਤਿੰਨ ਸੀ ਕਢਾਈ ਵਾਲੇ, ਚਾਰ ਸੂਤੀ ਤੰਦ ਦੇ, ਪਾੜ ਦਿੱਤੇ ਸੱਤ ਸੂਟ ਉਸ ਦੀ ਪਸੰਦ ਦੇ, ਸੱਤ ਸੂਟ ਸੀ ਬਣਾ ਦਿੱਤਾ ਪੰਜ ਕੁ ਹਜ਼ਾਰ ਦਾ, ਤਾਰ ਦਿੱਤਾ ਆਸਮ ਨੇ ਮੁੱਲ ਉਹਦੇ ਪਿਆਰ ਦਾ। ਮੈਂ ਹੱਟੀ ਵਿੱਚੋਂ ਬਾਹਰ ਆਣ ਥੈਂਕ ਯੂ, ਉਹ ਵੀ ਅੱਗੋਂ ਕਹਿ ਗਈ ਭਾਈ ਜਾਣ ਥੈਂਕ ਯੂ। ਸੱਤ ਸੂਟ ਲੈ ਕੇ ਭਾਈ ਜਾਣ ਕਹਿ ਗਈ, 6000 ਰੁਪਇਆ ਭਰਾ ਬੰਦੀ ਚ ਲਗਾ ਗਿਆ। ਮਤਲਬ ਮੁਸ਼ਾਇਰਾ ਨੀ ਪੜ੍ਹਨ ਦਿੰਦੀ। ਹਾਂ ਤੂੰ ਮਰੀ ਗਾ ਸ਼ਾਇਰ ਕੰਮ ਕਰ, ਤੂੰ ਕਿਹਾ ਪਾਸ ਲੱਗੋ ਕੰਮ ਕਰਕੇ ਵੀ ਪੂਰੀ ਨੀ ਪੈਣ ਲਈ, ਮੁਸ਼ਾਇਰੇ ਵੀ ਨਾ ਪੜੀਏ, ਬੇਲੀ ਸੱਜਣ ਵੀ ਨਾ ਰਾਜੀ ਆਪਣਾ ਵੀ ਜ਼ਰੂਰ ਰਾਜੀ ਕਰਨਾ। ਤੁਹਾਡੇ ਵਰਗੇ ਬੇਲੀਆਂ ਨੂੰ ਸੱਜਣਾ ਨੂੰ ਹੁਕਮ ਚਲੇ ਜਾਏ ਤਾਂ ਫਿਰ ਕਿੱਥੇ ਮਤਲਬ ਮੋੜਿਆ ਨੀ। ਹਾਲ ਸੋਚਿਆ ਫਿਰ ਆਪਣਾ ਕੀ ਵੇਹਨਾ, ਜਿਹੜੇ ਦਿਨ ਤੋਂ ਹੋਇਆ ਹੈ ਵਿਆਹ ਮੇਰਾ, ਜਿਹੜੇ ਦਿਨ ਤੋਂ ਹੋਇਆ ਹੈ ਵਿਆਹ ਮੇਰਾ, ਸੌਖਾ ਹੋਇਆ ਨੀ ਕਦੀ ਵੀ ਸਾਹ ਮੇਰਾ, ਕਲਮੇ ਚਾਰ ਆ ਪਰੇ ਚ ਪੜ ਬੈਠਾ, ਇਦੋਂ ਵੱਧ ਕੀ ਹੋਰ ਗੁਨਾਹ ਮੇਰਾ, ਕਲਮੇ ਚਾਰ ਆ ਪਰੇ ਚ ਪੜ ਬੈਠਾ, ਇਦੋਂ ਵੱਧ ਕੀ ਹੋਰ ਗੁਨਾਹ ਮੇਰਾ, ਢਿੱਲ ਕੰਮ ਤੇ ਜਾਣ ਦੀ ਕੀ ਦਿੱਤੀ, ਓਹਨੇ ਡਾਰੀ ਦਿੱਤਾ ਏ ਲਾ ਮੇਰਾ, ਵਾਂਗ ਟੱਪਰੀ ਵਾਸਾਂ ਦੇ ਪਿਆ ਫਿਰਨਾ, ਵਾਂਗ ਟੱਪਰੀ ਵਾਸਾਂ ਦੇ ਪਿਆ ਫਿਰਨਾ, ਦੇਸ ਲੁੱਟ ਕੇ ਖਾ ਗਿਆ ਸ਼ਾਹ ਮੇਰਾ, ਤੇ ਅੱਜ ਸਿੱਧਾ ਅਮਰੀਕਾ ਨੂੰ ਹੈ ਜਾਂਦਾ, ਅੱਜ ਸਿੱਧਾ ਅਮਰੀਕਾ ਨੂੰ ਹੈ ਜਾਂਦਾ, ਅੱਜ ਸਿੱਧਾ ਅਮਰੀਕਾ ਨੂੰ ਹੈ ਜਾਂਦਾ, ਕੱਲ ਕਾਬੇ ਨੂੰ ਜਾਂਦਾ ਸੀ ਰਾਹ ਮੇਰਾ, ਤੈਨੂੰ ਨਹੀਂ ਨਾ ਅਸਮ ਦੀ ਲੋੜ ਰਹਿ ਗਈ, ਮੰਜਾ ਗਲੀ ਚ ਦਿੱਤਾ ਈਡਾ ਮੇਰਾ। ਅੱਛਾ ਤੂੰ ਆਪਣਾ ਇਨੀ ਕਿ ਤੇਰਾ ਇੰਨੀ ਇੱਜ਼ਤ
ਬੇਇੱਜ਼ਤੀ ਕਰਦੀ ਏ ਇੰਨੀ ਅੱਗ ਚ ਨੂੰ ਤੈਨੂੰ ਕਦੀ ਮਸ਼ਰਦਾ ਯਾਰ ਤੂੰ ਚਾਰ ਦਿਨ ਪੇਕੇ ਰਹਿ ਆ ਤੂੰ ਤੇ ਚਾਰ ਦਿਨ ਗੁਜ਼ਾਰ ਆ ਮਸ਼ਵਰਾ ਇਹ ਮੈਂ ਮਹੀਨਾ ਕੰਮ ਕਰਨਾ ਤੂੰ ਕੋਈ ਚਾਰ ਦਿਨ ਪੇਕਿਆਂ ਦੇ ਰਹਿ ਬਾਲੇ ਨਾਨਕੇ ਰਹਿ ਆਵਣਗੇ ਮਾਮਿਆਂ ਦੀ ਵੀ ਸਹਿ ਆਵਣਗੇ ਰੱਜ ਜਾਵਣਗੇ ਛੱਲੀਆਂ ਚੱਬ ਕੇ ਚੜਕੇ ਖੱਖੜੀਆਂ ਦੇ ਵਾੜੇ ਚਾਚਿਆਂ ਅੱਗੇ ਝੱਟ ਚੁੱਪ ਰਹਿ ਲਈ ਤਾਇਆਂ ਦੇ ਵੀ ਮਿਹਣੇ ਸਹਿ ਲਈ ਸਮਝੀ ਸਨ ਸਨ ਤਾਲੀ ਆਇਆ ਪਾਏ ਨੇ ਰੱਬ ਫੇਰ ਉਜਾੜੇ ਪੇਕੇ ਰਹਿ ਆ ਚਾਰ ਦਿਹਾੜੇ ਮੈਂ ਤੇ ਸਾਰੀ ਹਿੰਮਤ ਵਰਤੀ ਤੂੰ ਤੇ ਸਾਰੀ ਹਿੰਮਤ ਵਰਤੀ ਮੈਂ ਤੇ ਸਾਰੀ ਹਿੰਮਤ ਵਰਤੀ ਫੇਰ ਵੀ ਕੁਛ ਨਾ ਦਿੱਤਾ ਧਰਤੀ ਮੈਂ ਤੇ ਸਾਰੀ ਹਿੰਮਤ ਵਰਤੀ ਫੇਰ ਵੀ ਕੁਛ ਨਾ ਦਿੱਤਾ ਧਰਤੀ ਕਿਹੜਾ ਚਾਹੁੰਦਾ ਵਿਹੜੇ ਅੰਦਰ ਗੁਰਬਤ ਕੱਢਦੀ ਫਿਰੇ ਕੁਦਾੜੇ ਪੇਕੇ ਰਹਿ ਆ ਚਾਰ ਦਿਹਾੜੇ ਆਪੇ ਲੰਘ ਜਾ ਸਣ ਦਿਨ ਮਾੜੇ ਕਮਾਲ ਹੈ ਪੇਕੇ ਰਹਿ ਆ ਚਾਰ ਦਿਹਾੜੇ ਨਹੀਂ ਜੀ ਉਹਨੇ ਕਿਹਾ ਜੀ ਤੁਸੀਂ ਸ਼ਾਇਰ ਬੰਦੇ ਹੋ ਪਤਾ ਨੀ ਮਤਲਬ ਮਸ਼ਲਾ ਲੋਕ ਹੁੰਦੇ ਨੇ ਇਹਨੇ ਕਿ ਇਹਨਾਂ ਦੀ ਹਾਜ਼ਰ ਦਿਮਾਗ ਵੀ ਤਾਂ ਕੁਰਬਾਨ ਜਾਈ ਸੱਚੀ ਗੱਲ ਲੇਕਿਨ ਮੈਨੂੰ ਇਹ ਗੱਲ ਦੱਸੋ ਇਹਨੀ ਤੁਸੀਂ ਵੇਖਦੇ ਗੁਜ਼ਾਰਾ ਨੀ ਹੁੰਦਾ ਆਮ ਬੰਦਾ ਗੁਜ਼ਾਰਾ ਨੀ ਹੋ ਰਿਹਾ ਜਿਹੜਾ ਸ਼ਾਇਰ ਦਾ ਗੁਜ਼ਾਰਾ ਤਾਂ ਢੇਰ ਮੁਸ਼ਕਿਲ ਹੋ ਗਿਆ ਨਾ ਬਹੁਤ ਮੁਸ਼ਕਿਲ ਹੋ ਗਿਆ ਮਜ਼ਦੂਰੀ ਦੇ ਨਾਲ ਨਾਲ ਇਹ ਵੀ ਟਾਈਮ ਕੱਢਣਾ ਇਹ ਵੀ ਟਾਈਮ ਕੱਢਣਾ ਪਾਉਣਾ ਬੇਲੀਆਂ ਸੱਜਣਾ ਵਾਸਤੇ ਤੋਂ ਬਾਅਦ ਤੋਂ ਬਾਅਦ ਕਿ ਸ਼ਾਦੀ ਤੋਂ ਬਾਅਦ ਮੈਂ ਸ਼ਾਦੀ ਬਾਰੇ ਗੱਲ ਮੈਨੂੰ ਯਾਦ ਆ ਗਈ ਇਹ ਪਹਿਲਾਂ ਫਿਰ ਉਹ ਇੱਕ ਨਾ ਇੱਕ ਬੰਦਾ ਪੀਰ ਖੋ ਜਾਂਦਾ ਨਾ ਪੀਰ ਸਾਹਿਬ ਮੁਬਾਰਕ ਹੋਵੇ ਮਿੱਠਾ ਜਿਹਾ ਡੱਬਾ ਲੈ ਕੇ ਆਉਂਦੇ ਕਿ ਮੇਰੀ ਮੰਗਣੀ ਹੋ ਗਈ ਪੀਰ ਸਾਹਿਬ ਉਹਦੀ ਫਕੀਰ ਦੇ ਆਖਦੇ ਨੇ ਕਿ ਲੈ ਬੱਚਿਆ ਅੱਜ ਤੋਂ ਬਾਅਦ ਤੂੰ ਨਾ ਯਾਰਾਂ ਬੇਲੀਆਂ ਤੂੰ ਕਿਉਂ ਬੜੀ ਬੜੀ ਗੱਲ ਉਹ ਸੱਚਾ ਉਸ ਤੋਂ ਬਾਬਾ ਜੀ ਇਹ ਕਿਉਂ ਸਕਦਾ ਮੈਂ ਪੱਕੀ ਲੈਂਦਾ ਪਿਆ ਅੱਜ ਤੋਂ ਬਾਅਦ ਤੂੰ ਯਾਰਾਂ ਬੇਲੀਆਂ ਤੂੰ ਕਿਉਂ ਹੋਰ ਕੁਛ ਸਾਲ ਲੰਘਿਆ ਤੇ ਮੁੜ ਇੱਕ ਮਿੱਠਾ ਜਿਹਾ ਡੱਬਾ ਹੋਰ ਲੈ ਗਿਆ ਕਹਿੰਦਾ ਬਾਬਾ ਜੀ ਮੁਬਾਰਕ ਹੁਣ ਮੇਰੀ ਸ਼ਾਦੀ ਹੋ ਗਈ ਉਹ ਸਕ ਲੈ ਬੱਚਿਆ ਹੁਣ ਤੂੰ ਮਾਂ ਪਿਓ ਤੂੰ ਵੀ ਕਿਉਂ ਅੱਛਾ ਦੋਸਤੋ ਵੀਡੀਓ ਤੁਸੀਂ ਦੇਖੀ ਹੈ ਉਮੀਦ ਕਰਨਾ ਕਿ ਤੁਹਾਨੂੰ ਬਹੁਤ ਮਜ਼ਾ ਆਇਆ ਹੋਵੇਗਾ ਠੀਕ ਹੈ ਜੀ ਮੈਂ ਵੀ ਆਪਣੇ ਨਾ ਵੀਡੀਓ ਦੇਖੀ ਅਤੇ ਮੈਨੂੰ ਬੜੀ ਅੱਛੀ ਲੱਗੀ ਅਤੇ ਮੈਂ ਕਿਹਾ ਕਿਉਂ ਨਾ ਆਪਣੇ ਦੋਸਤਾਂ ਨੂੰ ਦਿਖਾਵਾਂ ਕਿ ਚਲੋ ਥੋੜ੍ਹਾ ਜਿਹਾ ਆਪਣੇ ਦੋਸਤ ਜਿਹੜੇ ਨੇ ਫਰੈਸ਼ ਹੋਣਗੇ ਦੇਖ ਕੇ ਅਤੇ ਦੋਸਤੋ ਆਪਣੇ ਚੈਨਲ ਨੂੰ ਜਿਹੜੇ ਨਵੇਂ ਦੋਸਤ ਆ ਰਹੇ ਨੇ ਯਾਰ ਉਹ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਬਾਕੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰਿਆ ਕਰੋ ਯਾਰ ਠੀਕ ਹੈ ਜੀ ਅਤੇ ਆਪਣੇ ਕਾਵਿਸ਼ ਭਾਈ ਨੂੰ ਦਿਓ ਇਜਾਜ਼ਤ ਠੀਕ ਹੈ ਜੀ ਅੱਲਾ ਹਾਫਿਜ਼।